दे स्पीकर आदरजोग श्री ओम बिरला जी राज्यसभा के उपसभापति श्री हरिवंश जी मान मानजोग सांसदगण सभ्य वरिष्ठ जनप्रतिनिधि ਵਿਸ਼ਿਸ਼ਟ ਪ੍ਰਾਣੇ ਤੇ ਸਭੈ ਮਹਾਨੁਭਾਵ ਤੇ ਮੇਰੇ ਪਿਆਰੇ ਦੇਸ਼ਵਾਸੀਓ ਹਰ ਦੇਸ਼ਾ ਦੀ ਵਿਕਾਸ ਯਾਤਰਾ ਚ ਕਿਛ ਪਲ ਐਸੇ ਆਉਂਦਿਨ ਜਿਹੜੇ ਸਦਾ ਹਸਤੇ ਅਮਰ ਹੋ ਜੰਦਿਨ ਕਿਸ ਤਰੀਕਾਂ ਸਮੇਂ ਦੇ ਕੰਨ ਇਤਿਹਾਸ ਦਾ ਕਦੇ ਨਹੀਂ ਮਿਟਣਿਆਲਾ ਦਸਕਤ ਬਣੀ ਜਾਂਦੀਆਂ ਅੱਜ 28 ਮਈ 2023 ਦਾ ਇਹ ਤਿਆੜਾ ਨਿਆ ਗੈ ਸ਼ੁਭ ਮੌਕਾ ਹੈ मुल्क आजादी के पचहत्र बरे होने पर अमृत महोत्सव मना करता है। इस अमृत महोत्सव भारत अपने लोकतंत्र संसद दे इस नमें भवन तोहफा दिता है अडलै संसद भवन परिसर पंथ प्रार्थना हुई है मै सभने देशवासियों भारतीय लोकतंत्र दे इस सनहरी पल की मती मती बधाई साथियों ਇਛੜਾ ਇੱਕ ਭਵਨ ਨਹੀਂ ਹੈ 140 ਕਰੋੜ ਭਾਰਤ ਵਾਸੀਆਂ ਦੀ ਆਸੇਂ ਮੇਦਨ ਦੇ ਸੁਖਨੇ ਦਾ ਪ੍ਰਤੀਬਿੰਬ ਹੈ ਇਹ ਦੁਨੀਆ ਕੀ ਭਾਰਤ ਦੇ ਪੱਕੇ ਸੰਕਲਪ ਦਾ ਸਨੇਹਾ ਦਿੰਦਾ साड़ेे लोकतंत्र मंदिर है यव संसद भवन योजना की यथार्थ नीति की निर्माण इच्छा शक्ति की क्रिया शक्ति क्रियाशक्ति संकल्प की ਸਿੱਧੀ ਕਨੈਕਟ ਜੋੜਨੇ ਵਾਲੀ ਅਹਿਮ ਕੜੀ ਸਾਬਤ ਹੋਗ ਇਹ ਨਮਾਪਵਨ ਸਾਡੇ ਸੁਤੰਤਰਤਾ ਸੈਨਾਨੀਏ ਦੇ ਸੁਖਨेंगी ਸਾਕਾਰ ਕਰਨੇ ਦਾ ਜ਼ਰੀਆ ਬਨੋਗ ਇਹ ਨਮਾਪਵਨ ਆਤਮ ਨਿਰਭਰ ਭਾਰਤ ਦੇ ਸੂर्यੋ ਦੇ ਦਾ ਗਵਾ ਬਨੁਗ ਇ ਨਮਾ ਪਵਨ ਵਿਕਸਿਤ ਪਰ ਦੇ ਸੰਕਲਪੇ ਦੀ ਸਿੱਧੀ ਹੁੰਦੇ ਹੋਇ ਦਿਖੋਗ ਇ ਨਮਾ ਪਵਨ ਨੂਤਨ ਤੇ ਪੁਰਾਤਨ ਦੇ सह अस्तित्व का भी आदर्श है साथियों नमे रस्ते पर चलिए गए नमे प्रतिमान गढ़े जन आज नमापारत भारत लक्ष्य तय कराद नमे रस्ते करता कर दे। नमा जोश है नमी उमंग है नमा सफर है नमी सोच है दिशा नमी है दृष्टि नमी है संकल्प नमा है विश्वास नमा है आज, आज पी एक बारी ਕੀ ਪੂਰੀ ਦੁਨੀਆ ਭਾਰਤ ਦੀ ਭਾਰਤ ਦੇ ਸੰਕਲਪ ਦੀ ਡ੍ਰਿੜਤਾ ਦੀ ਭਾਰਤ ਵਾਸੀਆਂ ਦੀ ਪ੍ਰਖਰਤਾ ਦੀ ਭਾਰਤੀ ਜਨ ਸ਼ਕਤੀ ਦੀ ਜੀਣੇ ਦੀ ਚਾਹ ਦੀ ਆਦਰ ਤੇ ਮੇਦ ਦੀ ਭਾਵਨਾ ਕਨੇ ਦਿਖਾ ਕਰਦਾ ਹੈ जिसले भारत है, बद दुनिया अगे बदती है संसद का यह नवा भवन भारत के विकास करने। दुनिया के विकास का भी आह्वान करोग साथियों आज इस ऐतिहासिक मौके पर चिर पहले संसद की इस नमी इमारत च पवित्र सेंगोल की भी स्थापना हुई है महान चोल साम्राज्य च ਸੇਂਗੋਲਗੀ ਕਰਤਵ ਪਥ ਦਾ ਸੇਵਾ ਪਥ ਦਾ ਰਾਸ਼ਟਰ ਪਥ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਰਾਜਾ ਜੀ ਤੇ ਅਦੀਨਮ ਦੇ ਸੰਤਾਂ ਦੇ ਮਾਰਗਦਰਸ਼ਨ ਚ ਇਹ ਸੇਂਗੋਲ ਸੱਤਾ ਦੇ ਬਦਲਨੇ ਦਾ ਪ੍ਰਤੀਕ ਬਣਿਆ ਹੈ तमिलनाडु थमा विशेष तौर पर आय दे आदिनम नम दे संत आज बडले संसद पवनच असिंगी आशीर्वाद देने ले आए दे हे। मैं उन्हें के प्रति के पूरी श्रद्धा क नमन करना उन दे मार्गदर्शन च लोकसभा च ਇਹ ਪਵਿੱਤਰ ਸਿੰਘੂਲ ਸਥਾਪਿਤ ਹੋਇਆ ਹੈ। ਪਿਛਲੇ ਦਿਨੇ ਮੀਡੀਆ 'ਚ ਇਹਦੇ ਇਤਿਹਾਸ ਕਰਨ ਜੁੜੀ ਦੀ ਬੜੀ ਸਾਰੀ ਜਾਣਕਾਰੀ ਉਜਾਗਰ ਹੋਈ ਹੈ। ਮੈਂ ਇਹਦੇ ਵਿਸਤਾਰ 'ਚ ਨਹੀਂ ਜਾਣਾ ਚਾਹੁੰਦਾ। ਪਰ ਮੈਂ ਮੰਨਣਾ ਇਸ ਸਾਡਾ ਸੁਭਾਗ ਹੈ ਜਿਸ ਪਵਿੱਤਰ ਸਿੰਘੂਲ ਗੀ ਅਸ ਉਦੀ ਗરિਮਾ ਵਾਪਸ ਦੇ ਸਕਿਆਂ ਉਦੀ ਮਾਨ ਮਰਿਆਦਾ ਵਾਪਸ ਦੇ ਸਕਿਆਂ ਜਿਸਲੇ ਵੀ ਇਸ ਸੰਸਦ ਪਵੰਚਕ ਕਾਰਵਾਈ ਸ਼ੁਰੂ ਹੋਗ ਇਸੇਂਗੋਲ ਅਸੀਂ ਸਭਨੇ ਕੀ ਪ੍ਰੇਰਣਾ ਦਿੰਦਾ ਰਹੂਗ ਸਾਥੀਓ भारत लोकतांत्रिक राष्ट्र नहीं सगुआ लोकतंत्र की जननी भी है मदर ऑफ डेमोक्रेसी भी है भारत अज वैश्विक लोकतंत्र का भी बड़ा बड़ा आधार है लोकतंत्र स छड़ा ਇੱਕ ਵਿਵਸਥਾ ਨਹੀਂ ਇੱਕ ਸੰਸਕਾਰ ਹੈ ਇੱਕ ਵਿਚਾਰ ਹੈ ਇੱਕ ਪਰੰਪਰਾ ਹੈ ਸਾਡੇ ਵੇਦ ਅਸੰਗੀ ਸਭਾएं ਤੇ ਸਮਿਤੀਆਂ ਦੇ ਲੋਕਤਾਂਤ੍ਰਿਕ ਆਦਰਸ਼ ਸਿਖਾਉਂਦੇ ਨੇ ਮਹਾਪਾਰਤਜਨੇ ਗ੍ਰੰਥੇਂ ਚ ਗਣੇ ਤੇ ਗਣਤੰਤਰੇ ਦੀ ਵਿਵਸਥਾ ਦਾ ਜ਼ਿਕਰ ਥੁੰਦਾ ਅਸੀਂ ਵਿਸ਼ਾਲੀਜ ਨੇ ਗਣਤੰਤਰੇਂ ਕੀ ਜੀ ਇਹ ਦਸੀਆ ਅਸੀਂ ਭਗਵਾਨ ਬਸਵੇਸ਼ਵਰ ਹੁੰਦੇ ਅਨੁਭਵ ਮੰਟਪਾ ਕੀ ਆਪਣਾ ਗੌਰਵ ਮੰਨਿਆ ਤਾਮਿਲਨਾਡੂ ਚ ਮਿਲਦਾ 900 ਈਸਵੀ ਦਾ ਸ਼ਿਲਾਲੇਖ ਅੱਜ ਵੀ ਹਰ ਕੁਸਗੀ ਇਰਾਨ ਕਰੀ ਦਿੰਦੇ ਸਾਡਾ ਲੋਕਤੰਤਰ ਗੈ ਸਾਡੀ ਪ੍ਰੇਰਣਾ ਹੈ ਸਾਡਾ ਸੰਵਿਧਾਨ ਹੈ ਸਾਡਾ ਸੰਕਲਪ ਹੈ ਇਸ ਪ੍ਰੇਰਣਾ ਇਸ ਸੰਕਲਪ ਦੀ ਸਭਨੇ ਸਾਹ ਸ੍ਰੇਸ਼ਟ ਪ੍ਰਤੀਨਿਧੀ ਜੇਕਰ ਕੋਈ ਕਹੇ ਤਾਂ ਇਹ ਸਾਡੀ ਸੰਸਦ ਹੈ ਤੇ ਇਹ ਸੰਸਦ ਦੇਸ਼ ਦੀ ਜਿਹੜੀ ਸਮ੍ਰਿੱਧ ਸੰਸਕ੍ਰਿਤੀ ਦਾ ਪ੍ਰਤੀਨਿਧਿਤਵ ਕਰਦੀ ਗਿਆ ਹੈ ਉਦਾ ਉਦਘੋਸ਼ ਕਰਦੀ ਹੈ ਸ਼ੇਤੇ ਨਿਪਦਏ ਮਨਸਯ ਸ਼ੇਤੇ ਨਿਪਦਏ ਮਨਸਯ ਚਰਾਤੀ ਚਰਤੋ ਭਗਹ ਚਰਵੇਤੀ 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 ਆਖਨੇ ਦਾ ਮਤਲਬ ਜਿਹੜਾ ਰੁਕੀ ਜਾਂਦਾ ਉਹਦੀ ਕਿਸਮਤ ਵੀ ਰੁਕੀ ਜਾਂਦੀ ਹੈ पर जिड़ा चलदा रहा है उससे दी किस्मत अग्गे बदती है बुलंदियों की छूंदी है तो इस करिए चलते रहो चलते रहो गुलामी दे बाद साढ़े भारत ने बड़ा किश मुआइए अपनी नमी कीती ही। ओ यात्रा शुरू की थी। वो यात्रा ਕਿੰਨੇ ਗਏ ਉਤਾਰ ਚੜਾਵੇਂ ਥਮਾ ਹੁੰਦੇ ਹੋਈ ਕਿੰਨੀ ਗਏ ਚੁਣੌਤੀਆਂ ਕੀ ਪਾਰ ਕਰਦੇ ਹੋਈ ਆਜ਼ਾਦੀ ਦੇ ਅੰਮ੍ਰਿਤਕਾਲ ਚ ਦਾਖਲ ਹੋਈ ਚੁਕੀ ਦੀ ਹੈ ਆਜ਼ਾਦੀ ਦਾ ਇਹ ਅੰਮ੍ਰਿਤਕਾਲ ਵਿਰਾਸਤ ਕੀ ਸਹੇਜਦੇ ਹੋਈ ਵਿਕਾਸ ਦੇ ਨਵੇਂ ਆयाम ਗੜਨੇ ਦਾ ਅੰਮ੍ਰਿਤਕਾਲ ਹੈ आजादी का य अमृतकाल देश की नमी दिशा देने अमृतकाल है आजादी का यह अमृतकाल बेसाबे सुखने बे देंगी पूरा करने अमृतकाल है इस अमृतकाल आह्वान है इस अमृतकाल आह्वान है मुक्त मातृभूमि ਮੁਕਤ ਮਾਤ੍ਰੀ ਭੂਮੀ ਕੀ ਨਮਾ ਮਾਨ ਚਾਹੀਦਾ ਨਮੇ ਪਰ ਵਾਸਤੇ ਨਮਾ ਪ੍ਰਾਨ ਚਾਹੀਦਾ ਮੁਕਤ ਗੀਤ ਵਰਦਾ ਮੁਕਤ ਗੀਤ ਵਰਦਾ ਨਮਾ ਰਾਗ ਚਾਹੀਦਾ ਨਮੇ ਪਰ ਵਾਸਤੇ ਨਮਾ ਪ੍ਰਾਨ ਚਾਹੀਦਾ इस करिए भारत भविख उज्जवल बनाने वाली इस कार्यस्थली भी उन्ना नम होना चाहिए आधुनिक होना चाहिए साथियों हो एक समय हा जिसले भारत दुनिया के सभ समृद्ध ਤੇ વૈભਵशाली ਰਾਸ਼ਟਰਾਂ ਚ ਗਿਨਿਆ ਜਾਂਦਾ ਹ ਪਰ ਦੇ ਨਗਰਾਂ ਥਮਾ ਲਈਏ ਮੈਲੇ ਤਕਰ ਪਰ ਦੇ ਮੰਦਰਾਂ ਥਮਾ ਲਈਏ ਮੂਰਤੀਆਂ ਤਕਰ ਪਰ ਦਾ ਵਾਸਤੂ ਪਰ ਦੀ ਮਾਰਤ ਦਾ ਉਦਘੋਸ਼ ਕਰਦਾ ਹ ਸਿੰਧੂ ਸਭਿਤਾ ਦੇ ਨਗਰ ਨਿਯੋਜਨ ਥਮਾ ਲਈਏ ਮੌਰੀਆ ਕਾਲ ਦੇ ਥੰਮ ਤੇ ਸਤੂਪੇ ਤਕਰ ਚੋਲ ਸ਼ਾਸਕਾਂ ਦੇ ਬਣਾਏ ਦੇ ਪਵਯ ਮੰਦਰਾਂ ਥਮ ਲਈਏ ਜਲਾਸ਼ਾਂ ਤੇ ਵੱਡੇ ਬੰਨ ਤਕਰ ਪਾਰਤ ਦਾ ਕਾਉਸ਼ਲ ਦੁਨੀਆ ਪਰਥਮਾ ਆਉਣ ਵਾਲੇ ਯਾਤਰੀਆਂ ਕੀ ਇਰਾਨ ਕਰੀ ਦਿੰਦਾ ਹ ਪਰ ਸੈਂਕੜੇ ਬਰੇਂ ਦੀ ਗੁਲਾਮੀ ਨੇ ਸਾੜੇ ਥਮਾ 1.5 ਗੌਰਵ ਖੁਸੀ ਲਹਿਤਾ ਇਹ ਕੈਸਾ ਵੀ ਸਮੇਂ ਆਈ ਗਿਆ ਜਿਸ ਲਈ ਅਸ ਦੂਏ ਮੁਲਕੇ ਚੋਂ ਇਹ ਦਿਨ ਨਿਰਮਾਣ ਕੀ ਦਿੱਕੀ ਹੈ ਇਰਾਨ ਆਉਣ ਲੱਗੀ ਪੇ 21ਵੀਂ ਸਦੀ ਦਾ ਨਮਾਪਾਰਤ ਬੁਲੰਦ ਹੌਸਲੇ ਕਰਨੇ ਪਰੋਚੇ ਦਾ ਭਾਰਤ ਉਨ ਗੁਲਾਮੀ ਦੀ ਉਸ ਸੋਚ ਕੀ ਪਿੱਛੇ ਛੋੜਾ ਕਰਤਾ ਹੈ ਅੱਜ ਭਾਰਤ ਪ੍ਰਾਚੀਨ ਕਾਲ ਦੀ ਉਸ ਗੌਰਵਸ਼ਾਲੀ ਤਾਰਾ ਕੀ ਇੱਕ ਵਾਰੀ ਭੀ ਆਪਣੀ ਬਕੀ ਮੋੜਾ ਕਰਤਾ ਹੈ ਤੇ ਸੰਸਦ ਦੀ ਇਹ ਨਵੀਂ ਇਮਾਰਤ इस कोशिश का जीवंत प्रतीक बनी बनिया आज नमें संसद भवन दिखिए हर भारती गौरव करने भरोचे है इस भवन विरासत भी है वास्तु भी है ਇਦੇ ਚ ਕਲਾ ਵੀ ਹੈ ਕੌਸ਼ਲ ਵੀ ਹੈ ਇਦੇ ਚ ਸੰਸਕ੍ਰਿਤੀ ਵੀ ਹੈ ਤੇ ਸੰਵਿਧਾਨ ਦੇ ਸਵਰ ਵੀ ਹਨ ਤੁਸੀਂ ਦਿਖਾ ਕਰਦੇ ਹੋ ਲੋਕ ਸਭਾ ਦਾ ਅੰਦਰੂਨੀ ਇਸਾ ਇੱਥੇ ਵੀ ਦੇਖੋ ਇੱਥੇ ਵੀ ਦੇਖੋ ਰਾਸ਼ਟਰੀ ਪੰਛੀ ਮੋਰ ਪਰ ਆਧਾਰਿਤ ਰਾਜ ਸਭਾ ਦਾ ਅੰਦਰੂਨੀ ਸਾ ਰਾਸ਼ਟਰੀ ਫੁੱਲ ਕਮਲ ਪਰਦਾਰਿਤਾ ਤੇ ਸੰਸਦ ਦੇ ਬੇੜੇ ਚ ਸਾਡਾ ਰਾਸ਼ਟਰੀ ਵਿਕਸ਼ ਬਰਗਦ ਵੀ ਹੈ ਸਾਡੇ ਦੇਸ਼ਾਂ ਦੇ ਬਾਕਬਾਕੀ ਸਿੰਧੀ ਜਿਹੜੀ ਬਨਸਬੰਧਤਾ ਹੈ ਇਸ ਨਵੇਂ ਪਵਨ ਨੇ ਉਨੇ ਸਬਨੇ ਕੀ ਆਪਣੇ ਅੰਦਰ ਸਮਾਇਦ ਹੈ ਇਹਦੇ ਚ ਰਾਜਸਥਾਨ ਥਮਾ ਆਨੇਗੇ ਦਾ ਗਰਨਾਇਟ ਤੇ ਬਲੂਆ ਪੱਥਰ ਲਾਇਗੇ ਦੇਨ ਇਹ ਜਿਹੜੀ ਲੱਕੜੀ ਦਾ ਕੰਮ ਤੁਸੀਂ ਦਿਖਾ ਕਰਦੇ ਹੋ ਨਾ ਉਹ ਮਹਾਰਾਸ਼ਟਰ ਥਮਾਈ ਦੀ ਹੈ ਯੂਪੀ ਚ ਬਦੋਹੀ ਦੇ ਕਾਰੀਗਰ ਇਹਦੇ ਲਈ ਆਪਣੇ ਅੱਥ ਕਨੇ ਕਲੀਨੇਂ ਦੀ ਬੁਨਿਆ ਹੈ ਇੱਕ ਚਾਲੀ ਕਨ इस पवन के कण कण च असेंगी एक भारत श्रेष्ठ भारत की भावना के दर्शन साथियों संसद दे पुराने भवन च सबने लिए अपने कमें की पूरा करना कि औखा हुआ था ਇਸ ਸਭੇ ਜਾਣਨੀਆ ਟੈਕਨੋਲੋਜੀ ਕਨੇ ਜੁੜੀ ਤੀਆਂ ਸਮੱਸਿਆ ਹੀਆਂ ਬੌਣੀ ਦੀ ਥਾਰ ਕਨੇ ਜੁੜੀ ਦੀ ਚੁਣੌਤੀ ਹੀ ਇਸ ਕਰੀਏ ਗਏ ਪਿਛਲੇ ਡੇਢ ਦਹਾਉ ਦੱਕੇ ਤਮਾ ਇਹ ਚਰਚਾ ਲਗਾਤਾਰ ਵੜਦੀ ਹੀ ਜੇ ਦੇਸ਼ਾਗੀ ਇੱਕ ਨਵੇਂ ਸੰਸਦ ਭਵਨ ਦੀ ਲੋੜ ਹੈ ਤੇ ਅਸੇ ਇੱਭੀ ਦਿਖਣਾ ਹੋਗਾ ਜੇ ਆਉਣ ਵਾਲੇ ਸਮੇਂ 'ਚ ਸੀਟਾਂ ਦੀ ਗਿਣਤਰੀ ਵਧੂਗ ਸੰਸਦਾਂ ਦੀ ਗਿਣਤਰੀ ਵਧੂਗ ਉਹ ਲੋਕ ਉੱਥੇ ਬੰਦੇ 23 ਕਰੀਏ ਇਸ ਸਮੇਂ ਦੀ ਮੰਗ ਹੀ ਜੇ ਸੰਸਦ ਦੀ ਨਮੀ ਇਮਾਰਤ ਦਾ ਨਿਰਮਾਣ ਕੀਤਾ ਜਾ ਤੇ ਮੇਗੀ ਖੁਸ਼ੀ ਹੈ ਜੇ ਇਹ ਪਵਯ ਇਮਾਰਤ ਆਧੁਨਿਕ ਸੂਲਤੇ ਕਨੇ ਪੂਰੀ ਚਾਲੀ ਲੈਸ ਹੈ ਤੁਸ ਦਿਖਾ ਕਰਦੇ ਹੋ ਜੇ ਇਸ ਬੇਲੇ ਵੀ ਇਸ ਹਾਲ ਚ ਸੂਰਜ ਦੀ ਰੋਸ਼ਨੀ ਸਿੱਧੇ ਆਵਾ ਕਰਦੀ ਹੈ ਬਿਜਲੀ ਘਟ ਸ਼ਾ ਘਟ ਖਰਚੋ ਹੈ ਅਰ ਬਖੀ ਆਧੁਨਿਕ ਟੈਕਨੋਲੋਜੀ ਵਾਲੇ ਉਪਕਰਨ ਹੋਂ ਇੰਦਾ ਸਬਨੇ ਦਾ ਇਹਦੇ ਚ ਪੂਰਾ ਧਿਆਨ ਰੱਖਿਆ ਗਿਆ ਹੈ ਸਾਥੀਓ ਅੱਜ ਬਦਲੇਗਾ ਮੈਂ इस संसद भवन की बनाने वाले श्रमिकों दे एक समूह मिलिया। इस संसद भवन ने करीब 60,000 हजार सट्ठ हजार रोज़गार देने दा भी कम उन्हें इस नमी इमारत ले अपना पसीना बकाया की खुशी है जे इ श्रम की समर्पित एक डिजिटल गैलरी भी संसद बनाई गई है ते दुनिया चे शायद बार बारी आओगा संसद दिन निर्माण उन उनका योगदान भी अमर होई गया है साथियों कोई भी माहिर ਜੇਕਰ ਪਿਛਲੇ ਨਵੇਂ ਬਰੇ ਦਾ ਆਕਲਨ ਕਰਾ ਤਾਂ ਇਹ ਦਿਖੋਗ ਜੇ ਇਹ ਨਵੇਂ ਬਰੇ ਭਾਰਤ ਚ ਨਵੇਂ ਨਿਰਮਾਨ ਦੇ ਰੇਨ ਗਰੀਬ ਕਲਿਆਣ ਦੇ ਰੇਨ ਆਜਸेंगी ਸੰਸਦ ਦੀ ਨਵੀਂ ਇਮਾਰਤ ਦੇ ਨਿਰਮਾਨ ਦਾ ਗਰਵ ਹੈ ਤਮਿਗੀ ਪਿਛਲੇ 9 ਬਰਿੰਚ ਗਰੀਬੇਂ ਦੇ 4 ਕਰੋੜ ਕਰ ਬਣਾਣੇ ਦਾ ਵੀ ਸੰਦੋਖ ਹੈ ਅਜਿ ਜਿਸਲੀਅਸ ਇਸ ਪਵਯ ਇਮਾਰਤ ਗਿ ਦੇਖੀ ਹੈ ਆਪਣਾ ਸਿਰ ਉੱਚਾ ਕਰਾ ਕਰਨਿਆ ਤਮਿਗੀ ਪਿਛਲੇ 9 ਬਰਿੰਚ ਬਨੇ ਦੇ 11 ਕਰੋੜ ਸ਼ੌਚਾਲੇ ਦਾ ਵੀ ਸੰਦੋਖ ਹੈ ਜਿਨੇ ਮਹਿਲਾਇਨ ਦੀ ਗરિਮਾ ਦੀ ਰੱਖਿਆ ਕੀਤੀ। ਹੁੰਦਾ ਸਿਰ ਉੱਚਾ ਕਰੀ ਦਿੱਤਾ। ਅੱਜ ਜਿਸ ਲਈ ਅਸੀਂ ਇਸ ਸੰਸਦ ਪਵੰਚ ਸੁਵਿਧਾਆਂ ਦੀ ਗੱਲ ਕਰਾ ਕਰਨੇ ਆ। ਧਮੀ ਕੀ ਸੰਦੋਖ ਹੈ ਜੇ ਪਿਛਲੇ ਨਵੰਬਰ ਵਿੱਚ ਅਸੀਂ ਗਰਾਂਹੇ ਕੀ ਜੋੜਨੇ ਆਸਤੇ 4 ਲੱਖ ਕਿਲੋਮੀਟਰ ਥਮਾਬੀ ਮਤੀ ਛਿੜਕੇ ਦਾ ਨਿਰਮਾਣ ਕੀਤਾ। ਅੱਜ ਜਿਸ ਲਈ ਅਸੀਂ ਇਸ ਇਕੋ ਫ੍ਰੈਂਡਲੀ ਇਮਾਰਤ ਦੀ ਦਿੱਖੀਏ ਖੁਸ਼ਾਂ ਤਮੇ ਕੀ ਸੰਦੋਖ ਹੈ ਜੇ ਅਸੀਂ ਪਾਣੀ ਦੀ ਇੱਕ ਇੱਕ ਬੂੰਦ ਬਚਾਉਣੇ ਵਾਸਤੇ 50000 ਥਮਾ ਮਤੇ ਅੰਮ੍ਰਿਤ ਸਰੋਵਰੇ ਦਾ ਨਿਰਮਾਣ ਕੀਤਾ ਹੈ ਅੱਜ ਜਿਸ ਲਈ ਆਸ ਇਸ ਨਵੇਂ ਸੰਸਦ ਪਵੰਦੀ ਲੋਕ ਸਭਾ ਤੇ ਰਾਜ ਸਭਾ ਦੀ ਦਿੱਖੀਏ ਉਤਸਵ ਮਨਾ ਕਰਨੀਆਂ मी संदोख है जी हजार मते नमें पंचायत भवन भी बनाए न, यानी पंचायत भवन ल संसद भवन तकर साड़ी निष्ठा एक गया है। साड़ी प्रेरणा एक रही देश का विकास देश दिल दा विकास। तुसें गी। के विकास, साथियों त्यान होगा पंद्रह अगस्त लाल किले थमा मैं आख्या समय है सही समय है ਹਰ ਮੁਲਕ ਦੇ ਇਤਿਹਾਸ ਚ ਐਸਾ ਸਮੇਂ ਆਉਂਦਾ ਹੈ ਜਿਸਲੇ ਦੇਸ਼ਾਂ ਦੀ ਚੇਤਨਾ ਨਵੇਂ ਸਰੀਆ ਜਾਗਰੇਤ ਹੁੰਦੀ ਹੈ ਭਾਰਤ ਚ ਆਜ਼ਾਦੀ ਦੇ 25 ਸਾਲ ਪਹਿਲੇ 47 ਦੇ ਪਹਿਲੇ 25 ਸਾਲ ਚੇਤਾ ਕਰੋ ਆਜ਼ਾਦੀ ਦੇ 25 ਬਰੇ ਪਹਿਲੇ ਐਸਾ ਗਿਆ ਸਮੇਂ ਆਇਆ ਹਾ ਗਾਂਧੀ ਜੀ ਹੁੰਦੇ असहियोग आंदोलन ने पूरे मुल्क की एक विश्वास करने पर ही ਦਿੱਤਾ ਹਾ ਗਾਂਧੀ ਜੀਓਰੇ ਸਵਰਾਜ ਦੇ ਸੰਕਲਪ ਕਨੇ ਹਰ ਪਰਤ ਵਾਸੀ ਕੀ ਜੋੜੀ ਦਿੱਤਾ ਹਾ ਇਹ ਉਹ ਦੌਰ ਹਾ ਜਿਸਲੇ ਹਰ 파ਰਤੀ ਆਜ਼ਾਦੀ ਲਈ ਜੀ ਜਾਣ ਕਰਨ ਜੁਟੀ ਕੇ ਦਾਹ ਇਦਾਂ ਨਤੀਜਾ ਸੀ 1947 ਚ ਭਾਰਤ ਦੀ ਆਜ਼ਾਦੀ ਦੇ ਤੌਰ ਪਰ ਦਿਖਿਆ ਆਜ਼ਾਦੀ ਦਾ ਇਹ ਅਮ੍ਰਿਤਕਾਲ ਵੀ ਭਾਰਤ ਦੇ ਇਤਿਹਾਸ ਦੀ ਐਸੀ ਗਹਿਪੜਾਂ ਹੈ ਅਜੇ ਤਮਾ ਪੰਜੀ ਬਰੇ ਬਾਦ ਭਾਰਤ ਆਪਣੀ ਆਜ਼ਾਦੀ ਦੇ सौ बरे पूरे करोग कोल भी पंजी पजी बरेंमृतकाल समय है इन्हें पंजीय बरें चें रलिए भारत की विकसित राष्ट्र बनाना है। लक्ष्य बड़ा है लक्ष्य कठिन भी है पर हर देशवासी की आज ले जी जान कने जुटना गया है नमे प्रण लैने नमे संकल्प लैने न नमी रफ्तार फगड़नी है ते इतिहास गवाह है जे असें भारतीय का विश्वास छड़ा भारत तगर सीमित नहीं रहा आजादी की लड़ाई ने ਦੁਨੀਆ ਦੇ ਬੜੇ ਸਾਰੇ ਦੇਸ਼ਿਆਂ 'ਚ ਉਸ ਬੇਲੇ ਇੱਕ ਨਵੀਂ ਚੇਤਨਾ ਜਾਗਰਿਤ ਕਰ ਦਿੱਤੀ ਹੀ ਸਾਢੀ ਆਜ਼ਾਦੀ ਦੀ ਲੜਾਈ ਕੰਨੈ ਭਾਰਤ ਤੇ ਆਜ਼ਾਦ ਹੋ ਆ ਗਿਆ ਕੰਨੇ ਗਏ ਕਈ ਮੁਲਕ ਆਜ਼ਾਦੀ ਦੀ ਬੱਤੇ ਪਰ ਟੂਰੀ 'ਤੇ ਭਾਰਤ ਦੇ ਵਿਸ਼ਵਾਸ ਨੇ ਦੂਏ ਮੁਲਕਾਂ ਦੀ ਦੂਵੇ ਮੁਲਕੇ ਦੇ ਵਿਸ਼ਵਾਸ ਕੀ ਸਾਰਾ ਦਿੱਤਾ ਖਾ ਤੇ ਇਸ ਕਰੀਏ ਪਰਜ ਨੇ ਬਨ ਸੰਬੰਧਤਾ ਕਨੇ ਪਰੋਚ ਦਾ ਮੁਲਖ ਇੰਨੀ ਵੱਡੀ ਆਬਾਦੀ ਵਾਲਾ ਮੁਲਖ ਇੰਨੀ ਸਾਰੀ ਚੁਣੌਤੀਆਂ ਕਨੇ ਲੜਨੇ ਵਾਲਾ ਮੁਲਖ ਜਿਸ ਲਈ ਇੱਕ ਵਿਸ਼ਵਾਸ ਕਨੇ ਅੱਗੇ ਵੱਧਦਾ ਤਾਂ ਇਹਦੇ ਕਨੇ ਦੁਨੀਆ ਦੇ ਨੇਕਾਂ ਮੁਲਖੇਂ ਕੀ ਪ੍ਰੇਰਣਾ ਵੀ ਮਿਲਦੀ ਹੈ ਪਰਤ ਦੀ ਹਰ ਕਾਮਯਾਬੀ ਆਉਣੇ ਵਾਲੇ ਦਿਨੇ ਚ ਦੁਨੀਆ ਦੇ ਬਖ ਬਖ ਇਸ ਸੰਚ ਬਖ ਬਖ ਮੁਲਖੇ ਦੀ ਕਾਮਯਾਬੀ ਦੇ ਰੂਪ ਚ ਪ੍ਰੇਰਣਾ ਦੀ ਵਜ੍ਹਾ ਬੰਨਣ ਵਾਲੀ ਹੈ ਅੱਜ ਜੇਕਰ ਭਾਰਤ ਤੇਜ਼ੀ ਕੰਨੇ ਗਰੀਬੀ ਦੂਰ ਕਰਦਾ ਹੈ ਤਾਂ ਇਹ ਕਈ ਮੁਲਕਾਂ ਦੀ ਗਰੀਬੀ ਖਿਮਾ ਬਾਰ ਆਉਣੇ ਦੀ ਪ੍ਰੇਰਣਾ ਵੀ ਦਿੰਦਾ ਹੈ ਭਾਰਤ ਦਾ ਵਿਕਸਿਤ ਹੋਣੇ ਦਾ ਸੰਕਲਪ ਕਈ ਔਰ ਦੇਸ਼ਾਂ ਦੀ ਤਾਕਤ ਬਣੋਗਾ ਇਸ ਕਰਕੇ ਭਾਰਤ ਦੀ ਜ਼ਿੰਮੇਦਾਰੀ ਔਰ ਵੱਡੀ ਹੋਈ ਜਾਂਦੀ ਹੈ साथियों शर्त कामयाबी की पहली शर्त कामयाब होने का विश्वास ग नव संसद भवन इस विश्वास की नमी बुलंदी देने आला है। विकसित भारत के निर्माण च असें सबने न नमी प्रेरणा बनोग ये संसद भवन हर भारती दी कर्तव्य भावना की जागृत करोग मे विश्वास है इस संसद जेडे चेकें प्रतिनिधि बौगन नमी प्रेरणा की नमी दिशा देने की कोशिश करगन। असें नेशन फर्स्ट की भावना अगर बदना होगा इदम राष्ट्रायदम नमम अ कर्तव्यपथ की सबनेशा ऊपर रखना होगा कर्तव्यमेव कर्तव्यम, कर्तव्यम अकर्तव्यम न करव्यम असंगी अपने बबार में मिसाल पेश करनी हो ज य चरती श्रेष्ठ तत्देव इत्रौजन असेंगी लगातार अपने अंदर सुधार करते रना उधरेत आत्मना असंगी असें नमे रस्ते आपू बनाने उंगन। अपधिपो भव असें अपने आपे खपाना होगा ਤਪਾਣਾ ਹੋਗ ਤਪਸੋਂ ਹੀ ਪਰਮ ਨਾਸਤੀ ਤਪਸਾ ਵਿੰਦਤੇ ਮਹਤ ਅਸੀਂ ਕੀ ਲੋਕ ਕਲਿਆਣ ਕੀ ਗੈ ਆਪਣਾ ਜੀਵਨ ਮੰਤਰ ਬਣਾਣਾ ਹੋਗ ਲੋਕ ਹਿਤਮ ਮਮ ਕਰਣੀਯਮ ਜਿਸ ਲੈ ਸੰਸਦ ਦੇ ਇਸ ਨਵੇਂ ਪਵਨ ਚ ਆਸ ਆਪਣੀ ਜ਼ਿੰਮੇਵਾਰੀ ਕੀ ਇਮਾਨਦਾਰੀ ਕਰਨੇ ਨਿਭਾਗੇ ਤਾਂ ਦੇਸ਼ਵਾਸੀਆਂ ਕੀ ਵੀ ਨਮੀ ਪ੍ਰੇਰਣਾ ਮਿਲੋਗਾ ਸਾਥੀਓ ਦੁਨੀਆ ਦੇ ਸਭਨੇਸ਼ਾ ਵੱਡੇ ਲੋਕਤੰਤਰ ਕੀ ਇਹ ਨਵੀਂ ਸੰਸਦ ਇੱਕ ਨਵੀਂ ਊਰਜਾ ਤੇ ਨਵੀਂ ਮਜ਼ਬੂਤੀ ਪ੍ਰਦਾਨ ਕਰੂਗਾ ਸਾਡੇ ਸ਼ਰਮਿਕੇ ਆਪਣੇ ਪਰਸੀਨੇ ਕਰਨਾ ਇਸ ਸੰਸਦ ਪਵਨ ਕੀ ਇਨਾ ਪਵਯ ਬਨਾਈ ਦਿੱਤਾ ਔਨ ਅਸੇ ਸਭਨੇ ਸੰਤ ਦੇ ਦੀ ਜ਼ਿੰਮੇਦਾਰੀ ਹੈ जे इसी अपने समर्पण और मता दिव्य बनागे एक राष्ट्र के रूप च एक सौ चाली करोड़ भारतीय का संकल्प गए इस नमी संसद की प्राण प्रतिष्ठा है ਇੱਥੇ ਹੋਣਿਆਲਾ ਹਰ ਫੈਸਲਾ ਆਉਣੇ ਵਾਲੀ ਸਦਗੀਆਂ ਕੀ ਸਜਾਣੇ ਸਵਾਰਨੇ ਵਾਲਾ ਹੈ ਇੱਥੇ ਹੋਣਿਆਲਾ ਹਰ ਫੈਸਲਾ ਆਉਣੇ ਵਾਲੀ ਪੀੜ੍ਹੀਆਂ ਕੀ ਸਸ਼ਕਤ ਕਰਨੇ ਵਾਲਾ ਹੋਗ ਇੱਥੇ ਹੋਣਿਆਲਾ ਹਰ ਫੈਸਲਾ ਪਰਤ ਦੇ ਉਜਵਲ ਪਵਿਕ ਦੀ ਬੁਨਿਆਦ ਬਣੋਗਾ ਗਰੀਬ ਦਲਿਤ ਪਿਛੜਾ ਆਦੀਵਾਸੀ दिव्यांग समाज ਦੇ ਹਰ ਵੰਚਿਤ ਪਰਿਵਾਰ ਦੇ ਸਸ਼ਕਤੀਕਰਨ ਦਾ ਵੰਚਿਤਾਂਗੀ ਤਰਜੀਹ ਦੇਣੇ ਦਾ ਰਸਤਾ ਇੱਥੂਆਂ ਗੈ ਲੰਘਦਾ ਹੈ ਇਸ ਨਵੇਂ ਸੰਸ਼ੋਧਿਤ ਪਵੰਦੀ ਹਰ ਇੱਟ ਹਰ ਕੰਧ ਇਹਦਾ ਕਣ ਕਣ ਗਰੀਬ ਦੇ ਕਲਿਆਣ ਲਈ ਸਮਰਪਿਤ ਹੈ ਅਗਲੇ ਪੰਝੀਏ ਬਰਿੰਚ ਸੰਸਦ ਦੇ ਇਸ ਨਵੇਂ ਪਵਨ ਚ ਬਨਣਿਆਲੇ ਨਵੇਂ ਕਾਨੂੰਨ ਭਾਰਤ ਕੀ ਵਿਕਸਿਤ ਭਾਰਤ ਬਨਾਗਨ ਇਸ ਸੰਸਦ ਚ ਬਨਣਿਆਲੇ ਕਾਨੂੰਨ ਭਾਰਤ ਕੀ ਗਰੀਬੀ ਚਾ ਬਾਹਰ ਕੱਢਨੇ ਚ ਮਦਦ ਕਰਗਨ ਇਸ ਸੰਸਦ ਚ ਬਨਣਿਆਲੇ ਕਾਨੂੰਨ ਦੇਸ਼ਾ ਦੇ ਯੁਵਾਇ ਲਈ ਮਹਿਲਾਇ ਲਈ ਨਵੇਂ ਮੌਕੇ ਦਾ ਨਿਰਮਾਣ ਕਰਗਨ ਮੇਕ ਵਿਸ਼ਵਾਸ ਹੈ संसद का नमापवन, नवा भवन नमें भारत के सृजन की बुनियाद बनोग एक समृद्ध सशक्त विकसित भारत नीति न्याय सच्चाई मर्यादा ते जिम्मेदारी दी बत्ते पर और सशक्त हो चलने भारत मै वासियों भारतवासियों नमें संसद भवन की મતી મતી બધાઈ દવાદ